ਜਿਤਾਉਣਾ ਏ ਪੰਜਾਬ ਦਾ ਪੁੱਤ ਜਿਤਾਉਣਾ ਏ। ਹੈਲੋ ਹੈਲੋ
ਹੈਲੋ ਹੈਲੋ ਹੈਲੋ ਹੈਲੋ ਹੈਲੋ ਨਹੀਂ ਚੱਲਦਾ ਹਾਂ ਸਭਾ ਸਾਲ ਪਹਿਲਾਂ ਮੈਂ ਇਸੇ ਰੂਟ ਤੇ ਆਇਆ ਸੀ ਪਰ ਪਤਾ ਬੰਦੇ ਦੇ ਦਿਲ ਚ ਕੀ ਹੋਣੇ ਪਰ ਤੁਸੀਂ ਜੋ ਪਿਆਰ ਅੱਜ ਦਿੱਤਾ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਹੋ ਗਈ ਤੇ ਉਸ ਬੰਦੇ ਨੂੰ ਵੀ ਤਸੱਲੀ ਹੋ ਗਈ ਹੋਣੀ ਕਿ ਭਾਈ ਸਾਲ ਦੀ ਦੂਰੀ ਤੇ ਘਰ ਚੱਲਣਾ ਹੈ ਜਿਹੜੇ ਤੁਹਾਡਾ ਪਿਆਰ ਜਿਹੜਾ ਤੁਹਾਡਾ ਸਤਿਕਾਰ ਤੁਹਾਡੇ ਫਤਵੇ ਦਾ ਨਿਰਾਦਰ ਕਰਦੇ ਆ ਦੁਬਾਰਾ ਨੀ ਜਿੱਤਦੇ ਫਿਰ ਉਹ ਕਿਉਂਕਿ ਜਿੱਥੇ ਖੜੇ ਹੋ ਖੜੇ ਰਹੋ ਯਾਰ ਲੋਕਾਂ ਨੇ ਪਿਆਰ ਦਿੱਤਾ ਇਦੂ ਵੱਧ ਹੋਰ ਕੀ ਹੋ ਸਕਦਾ ਲੋਕਾਂ ਨੇ ਤੁਹਾਨੂੰ ਪਾਰਲੀਮੈਂਟ ਚ ਬਿਠਾ ਦਿੱਤਾ ਇਦੂ ਵੱਧ ਹੋਰ ਕੀ ਕਰਨਾ ਪਤਾ ਨੀ ਕਿਉਂ ਇਸ ਤਰ੍ਹਾਂ ਲੋਕ ਪੰਜਾਬ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕਰਦੇ ਨੇ ਉਹਨਾਂ ਦਾ ਫਲ ਜਿਹੜਾ ਇਸ ਵਾਰ ਇੱਕ ਤਰੀਕ ਨੂੰ ਆਪਾਂ ਪਹਿਲੇ ਨੰਬਰ ਤੇ ਆਈਏ ਤੇ ਉਹ ਜਿਹੜੇ ਪੰਜਾਬ ਨਾਲ ਧੋਖਾ ਕਰਕੇ ਪੰਜਵੇਂ ਛੇਵੇਂ ਨੰਬਰ ਤੇ ਆਪਣੇ ਆਪ ਨੂੰ ਭਾਲਦੇ ਫਿਰਦੇ ਹੋਣ ਤੁਹਾਡੇ ਜੋਸ਼ ਬਹੁਤ ਹੈ ਮੈਂ 20 ਸਕਿੰਟ ਵਾਸਤੇ ਕਿਉਂਕਿ 3-4 ਪੀੜੀਆਂ ਦਾ ਗੁੱਸਾ ਲਈ ਫਿਰਦੇ ਹੋ ਤੁਸੀਂ 70 ਸਾਲ ਦੀ ਪੜਾਸ ਹੈ ਜਿਹੜੀ ਹਜੇ ਨਿਕਲੀ ਨਹੀਂ ਸੋ ਜਿਹੜਾ ਤੁਹਾਡਾ ਜੋਸ਼ ਦੇਖ ਕੇ ਮੈਂ ਫੈਸਲਾ ਕੀਤਾ 20 ਸਕਿੰਟ ਤੁਹਾਨੂੰ ਮੈਂ ਪਬਲਿਕ ਨੂੰ ਮੈਕ ਕਰੂੰਗਾ ਚਾਹੇ ਚੀਕਾਂ ਮਾਰ ਲੋ ਚਾਹੇ ਨਾਰੇ ਲਾ ਲੋ ਚਾਹੇ ਜੋ ਮਰਜ਼ੀ ਕਰ ਲੋ ਆਪਕਾ ਸਮੇਂ ਸ਼ੁਰੂ ਹੋਤਾ ਹੈ ਅਬ ਵਰਕਰ ਬਣ ਕੇ ਕੰਮ ਕਰ ਰਹੇ ਸਾਡੇ ਸਾਰੇ ਇਸ ਜਲੰਧਰ ਦੇ ਇਲਾਕੇ ਦੇ ਲੀਡਰ ਨੇ ਉਹ ਆਪਣੇ ਆਪ ਨੂੰ ਲੀਡਰ ਨਹੀਂ ਸਮਝਦੇ ਉਹ ਪਬਲਿਕ ਦੇ ਨੁਮਾਇੰਦੇ ਨੇ ਉਹ ਤੁਹਾਡੇ ਵਰਗੇ ਨੇ ਮੈਂ ਵੀ ਤੁਹਾਡੇ ਵਰਗਾ ਹੀ ਮੈਂ ਅੱਜ ਪੱਟੀ ਤੋਂ ਆਇਆ ਅੱਜ ਮੈਂ ਤੁਹਾਡੇ ਕੋਲੇ ਰੋਡ ਸ਼ੋ ਤੇ ਆ ਕੱਲ ਮੈਂ ਗੁਰਦਾਸਪੁਰ ਸੀ ਰਾਤ ਨੂੰ ਅੰਮ੍ਰਿਤਸਰ ਰੋਡ ਸ਼ੋ ਤੇ ਸੀ ਕੱਲ ਨੂੰ ਬਾਗੇ ਪੁਰਾਣੇ ਜਾਣਾ ਫਿਰ ਲੁਧਿਆਣੇ ਜਾਣਾ ਮਤਲਬ ਮਿਹਨਤ ਪੱਖੋਂ ਕੋਈ ਕੰਮ ਕਿਉਂਕਿ ਜੋ ਪੰਜਾਬ ਦੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦੇਤੀ ਮੈਨੂੰ ਇਸ ਗੱਲ ਦਾ ਚਾਅ ਹੈ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਵਾਂ ਲੋਕਾਂ ਦੇ ਹੱਕ ਚ ਮੈਂ ਪਰਮਾਤਮਾ ਕੇ ਅੱਜ ਦਰਬਾਰ ਸਾਹਿਬ ਜਾ ਕੇ ਆਇਆ ਦੁਰਗਿਆਨਾ ਮੰਦਿਰ ਜਾ ਕੇ ਆਇਆ ਰਾਮ ਤੀਰਥ ਜਾ ਕੇ ਆਇਆ ਇਹੀ ਅਰਦਾਸ ਕੀਤੀ ਹੈ ਕਿ ਪਰਮਾਤਮਾ ਮੈਨੂੰ ਸਮਤ ਬਖਸ਼ੀ ਬਲ ਬਖਸ਼ੀ ਮੈਥੋਂ ਇਹੋ ਜਿਹੇ ਫਾਈਲਾਂ ਤੇ ਸਾਈਨ ਕਰਾਵੀ ਜਿਹਦੇ ਨਾਲ ਲੋਕਾਂ ਦੇ ਘਰਾਂ ਦੇ ਚੁੱਲੇ ਬਲਣ ਮੈਥੋਂ ਕਦੇ ਇਹੋ ਜਿਹੀ ਗਲਤੀ ਨਾਲ ਸਾਈਨ ਨਾ ਕਰਾ ਲਈ ਕਿ ਕੋਈ ਚੁੱਲਾ ਬੁੱਝੇ ਅੱਗ ਬੁੱਝੇ 43,000 ਨੌਕਰੀਆਂ ਦਿੱਤੀਆਂ 43,000 ਨੌਕਰੀਆਂ ਦਿੱਤੀਆਂ ਬਿਜਲੀ ਦਾ ਬਿੱਲ 90% ਘਰਾਂ ਨੂੰ ਜ਼ੀਰੋ ਆਉਂਦਾ ਹੈ ਹੁਣ ਆਪਾਂ ਨੇ ਥਰਮਲ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਵਾਲਾ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਕਰੂੰਗਾ ਤੁਸੀਂ ਦੇਖਿਓ ਸਹੀ ਫਿਰ ਪੰਜਾਬ ਦੇ ਵਿੱਚ ਇੰਡਸਟਰੀ ਜਿਵੇਂ ਆਊਗੀ ਇੱਥੇ ਪਵਨ ਕੁਮਾਰ ਟੀਨੂ ਜੀ ਇੱਕ ਆਮ ਗਰੀਬ ਘਰ ਚ ਉੱਠ ਕੇ ਆਏ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਸੀ ਪਰ ਮੈਂ ਕਹਿੰਦਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਕਿਉਂਕਿ ਜਦੋਂ ਆਉਂਦੀ ਹੈ ਮਿਹਨਤ ਕਰਨ ਦੀ ਵਾਰੀ ਉਦੋਂ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਅਰਾਂ ਤੋਂ ਵਰਕਰਾਂ ਤੋਂ 5 ਬੱਸਾਂ ਭਰਨੀਆਂ ਹੈ 50 ਟੈਂਪੂ ਲੈ ਕੇ ਆਉਣੇ ਹੈ 20 ਕਾਰਾਂ ਲੈ ਕੇ ਆਉਣੀਆਂ ਤੇ ਜਦੋਂ ਆਉਂਦੀ ਹੈ ਕੋਈ ਅਹੁਦਾ ਜ਼ਿੰਮੇਵਾਰੀ ਲੈਣ ਦੀ ਗੱਲ ਉਦੋਂ ਇਹਨਾਂ ਦੇ ਆਪਦੇ ਚਾਚੇ ਭਤੀਜੇ ਸਾਲੇ ਜੀਜੇ ਉਦੋਂ ਬਾਅਦ ਹੋਰ ਕੁਝ ਹੈ ਹੀ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਇੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ ਚੋਂ ਬਾਹਰ ਨਿਕਲ ਕੇ
ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ ਤੋਂ ਫੁੱਲ ਬਰਸਾ ਰਿਹਾ। ਆ ਗੱਡੀ ਦੇਖੋ ਤੁਸੀਂ, ਇਹ ਹਰ ਰੋਜ਼ ਇਹੀ ਹਾਲ ਹੁੰਦਾ। ਮੈਨੂੰ ਰਸਤੇ 'ਚ 3 ਜਾਂ 4 ਪੈਟਰੋਲ ਪੰਪਾਂ ਤੇ ਰੁਕ ਕੇ ਫੁੱਲ ਕੱਢ ਕੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਹੈ। ਇਦੋਂ ਵੱਧ ਪਿਆਰ ਮਿਲਜੂ ਜੀ? ਹੁਣ ਤਾਂ ਫਿਰ ਰੱਬ ਨੂੰ ਥੱਲੇ ਲਾਉਣ ਵਾਲੀ ਗੱਲ ਹੀ ਹੋਈ ਪਈ ਹੈ। ਫਿਰ ਹੁਣ ਇਹ ਤੋਂ ਵੱਡਾ ਪਿਆਰ ਹੋਰ ਕੀ ਮਿਲੂਗਾ? ਮੈਨੂੰ ਪਵਨ ਕੁਮਾਰ ਟੀਨੂ ਜੀ ਕਹਿੰਦੇ, ਜੇ ਕੋਈ ਹੋਰ ਲੀਡਰ ਹੁੰਦਾ ਇਹ ਰਸਤਾ 2 ਮਿੰਟ ਦਾ ਹੀ ਸੀ, ਇਹ ਬਸ ਤੁਹਾਡੇ ਕਰਕੇ ਹੈ ਕਿ ਇਹ ਰਸਤਾ 1/2 ਘੰਟੇ ਦਾ ਹੋ ਗਿਆ, ਕਿਉਂਕਿ ਤੁਸੀਂ ਗੱਡੀ ਦੇ ਆਲੇ ਦੁਆਲੇ ਚੱਲਦੇ ਹੋ, ਹੱਥ ਮੈਨੂੰ ਮਿਲਾਉਂਦੇ ਹੋ, ਮੈਨੂੰ ਬਜ਼ੁਰਗ ਆਸ਼ੀਰਵਾਦ ਦਿੰਦੇ ਨੇ, ਮੈਂ ਭੈਣਾਂ ਹੁਣੇ ਹਾਰ ਪਾ ਕੇ ਗਈਆਂ, ਆਸ਼ੀਰਵਾਦ ਦੇ ਕੇ ਗਈਆਂ। ਇੱਕ ਪਾਸੇ ਤਾਂ ਇਹ ਪਿਆਰ ਹੈ ਜਿਹੜਾ ਫੁੱਲਾਂ ਨਾਲ ਗੱਡੀਆਂ ਲੱਦੀਆਂ ਜਾ ਰਹੀਆਂ ਨੇ, ਬਾਪੂ ਆਸ਼ੀਰਵਾਦ ਦਿੰਦੇ ਨੇ, ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ, ਤੇ ਦੂਜੇ ਪਾਸੇ ਉਹ ਬੀਜੇਪੀ ਵਾਲੇ ਅਕਾਲੀ ਦਲ ਕਾਂਗਰਸ ਵਾਲੇ ਨੇ, ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ, ਪੂਰੀਆਂ ਨੇ ਜੇ ਲੈ ਗਏ ਕਦੇ। ਸੋ ਆਪਾਂ ਉਹ ਕੰਮ ਨਹੀਂ ਕਰਨਾ, ਆਪਾਂ ਤਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ। ਅਸੀਂ ਲੰਡਨ ਕੈਲੀਫੋਰਨੀਆ ਨਹੀਂ ਬਣਾਉਣਾ, ਅਸੀਂ ਤਾਂ ਆਪਣੇ ਪੰਜਾਬ ਨੂੰ ਪੰਜਾਬ ਬਣਾਉਣਾ, ਜਿੱਥੇ ਦੁਕਾਨਦਾਰ ਖੁਸ਼ ਰਵੇ, ਜਿੱਥੇ ਵਪਾਰੀ ਖੁਸ਼ ਰਵੇ, ਜਿੱਥੇ ਕਿਸਾਨ ਖੁਸ਼ ਹੋਵੇ, ਜਿੱਥੇ ਖੇਤ ਮਜ਼ਦੂਰ ਖੁਸ਼ ਹੋਵੇ, ਜਿੱਥੇ ਆਮ ਲੇਬਰ ਖੁਸ਼ ਰਵੇ, ਉਹਨਾਂ ਦੇ ਘਰੇ ਖੁਸ਼ੀਆਂ ਤਰੱਕੀਆਂ ਆਉਣ, ਬੱਚਿਆਂ ਨੂੰ ਪੜ੍ਹਾਵਾਂਗੇ, ਪੜ੍ਹਾ ਕੇ ਨੌਕਰੀਆਂ ਦੇਵਾਂਗੇ, ਹਸਪਤਾਲ ਬਣਾਵਾਂਗੇ, ਬਣਾ ਵੀ ਚੁੱਕੇ ਹਾਂ। ਇਹ 2 ਸਾਲ ਦੇ ਕੰਮ ਤੇ ਪਿੱਛੇ 70 ਸਾਲ ਦੇ ਕੰਮ, ਮੈਂ 2 ਸਾਲ ਦੇ ਕੰਮ ਲੈ ਕੇ ਆਇਆ, ਸਿਰਫ 2 ਸਾਲ ਦੇ, ਉਹਨਾਂ ਦੇ 70 ਸਾਲ ਦੇ ਕੰਮ ਉਹ ਗਿਣਾ ਹੀ ਨਹੀਂ ਸਕਦੇ। ਤੁਸੀਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ, ਸਾਡੇ ਵੀ ਪ੍ਰਧਾਨ ਮੰਤਰੀ ਨੇ, ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਹੁਣ ਪਿਛਲੇ 2 ਦਿਨਾਂ ਤੋਂ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਪਹਿਲੇ ਗੇੜ ਦੇ ਵਿੱਚ, ਉਹਨੂੰ ਪਤਾ ਲੱਗ ਗਿਆ ਕਿ ਲੋਕ ਬਦਲ ਗਏ, ਪਹਿਲੇ ਗੇੜ ਦੀਆਂ 102 ਸੀਟਾਂ ਚੋਂ 60 ਤੋਂ 65 ਸੀਟਾਂ ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ, ਪਤਾ ਲੱਗ ਗਿਆ ਉਹਨਾਂ ਨੂੰ, ਇਹ ਪਤਾ ਲੱਗ ਗਿਆ ਤਾਂ ਉਹਨਾਂ ਨੇ ਟੋਨ ਬਦਲ ਲਈ ਤੇ ਕੀ ਕਰ ਰਿਹਾ, ਨਫ਼ਰਤ ਦੀ ਰਾਜਨੀਤੀ ਕਰ ਰਿਹਾ। 10 ਸਾਲ ਪ੍ਰਧਾਨ ਮੰਤਰੀ ਰਿਹਾ ਹੋਵੇ ਬੰਦਾ ਔਰ ਸਾਹਮਣੇ ਵਿਪਕਸ਼ ਘੱਟ ਵਧੀ ਨਜ਼ਰ ਆਵੇ ਜਾਂ ਵਿਪਕਸ਼ ਨੂੰ ਫੜ ਕੇ ਜੇਲ੍ਹ ਅੰਦਰ ਕਰ ਦੋ ਤੇ ਤੁਹਾਨੂੰ ਕੰਮ ਕਰਨ ਦੀ ਖੁੱਲ ਹੋਵੇ, ਦੇਸ਼ ਚ ਜੋ ਮਰਜ਼ੀ ਕੰਮ ਕਰਨਾ, ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗੋਗੇ, ਇਹ ਸ਼ਰਮ ਦੀ ਗੱਲ ਹੈ, ਇਹ ਗਲਤ ਗੱਲ ਹੈ। ਕੰਮ ਗਿਣਾਓ ਨਾ ਆਪਣੇ, ਹਸਪਤਾਲ ਦੱਸ ਦੋ ਕਿੰਨੇ ਬਣਾਏ, ਨੌਕਰੀਆਂ ਦੱਸ ਦੋ, 2 ਕਰੋੜ ਨੌਕਰੀਆਂ ਹਰ ਸਾਲ ਕਹਿੰਦੇ ਸੀ, 15-15 ਲੱਖ ਰੁਪਇਆ ਆ ਗਿਆ ਖਾਤੇ ਚ, ਕਿਹੜੀਆਂ ਗਰੰਟੀਆਂ ਦਿੰਦੇ ਫਿਰਦੇ ਆ ਇਹ। ਸੋ ਇਸ ਕਰਕੇ ਆਪਾਂ ਦੇਸ਼ ਨੂੰ ਬਚਾਉਣਾ, ਭੀਮ ਰਾਓ ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ, ਇਹ ਕਹੀ ਜਾਂਦੇ ਆ ਵਾਰ ਵਾਰ, ਇੱਕ ਵਾਰੀ ਸਾਨੂੰ 450 ਸੀਟਾਂ ਦੇ ਦੋ ਅਸੀਂ ਸੰਵਿਧਾਨ ਬਦਲ ਦਿਆਂਗੇ, ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣਗੇ, ਉਹ ਤੋਂ ਬਾਅਦ ਇਹ ਵੋਟਾਂ ਨਹੀਂ ਪੈਣ ਦੇਣਗੇ। ਇਸ ਕਰਕੇ ਬਹੁਤ ਚਿੰਤਾ ਵਾਲੀ ਇਹ ਚਿੰਤਾ ਵਾਲੀ ਚੋਣ ਹੈ, ਇਹ ਵੋਟਾਂ ਜਿਹੜੀਆਂ ਨੇ ਚਿੰਤਾ ਸੀਰੀਅਸ ਗੰਭੀਰਤਾ ਵਾਲੀਆਂ ਨੇ, ਦੇਸ਼ ਬਚਾਉਣ ਵਾਸਤੇ 140 ਕਰੋੜ ਲੋਕਾਂ ਨੂੰ ਬਾਹਰ ਨਿਕਲਣਾ ਪਊਗਾ, ਨਹੀਂ ਤਾਂ ਤਾਨਾਸ਼ਾਹੀ ਹੋ ਜੂਗੀ ਇੱਥੇ, ਜਿਹਨੂੰ ਮਰਜ਼ੀ ਚੱਕ ਕੇ ਅੰਦਰ ਕਰ ਦੋ। ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਨਹੀਂ ਕਿਹੜਾ ਦੋਸ਼ ਲਾ ਕੇ ਚੱਕ ਕੇ ਅੰਦਰ ਕਰਤਾ, ਕੋਈ ਸੁਣਵਾਈ ਨਹੀਂ, ਜਿੱਥੇ ਜਾਂਦੇ ਹੋ ਚਾਹੇ ਉਹਨੂੰ ਸੰਜੇ ਸਿੰਘ ਨੂੰ ਅੰਦਰ ਕਰਤਾ, ਮਨੀਸ਼ ਸਿਸੋਦੀਆ ਨੂੰ ਅੰਦਰ ਕਰਤਾ, ਮੈਨੂੰ ਗਵਰਨਰ ਤੰਗ ਕਰੀ ਜਾਂਦਾ ਰਹਿੰਦਾ, ਆ ਨੀ ਕਰ ਸਕਦਾ ਤੂੰ, ਆ ਨੀ ਕਰ ਸਕਦਾ। ਇਹ ਕਦੇ ਯੂਪੀ ਦੇ ਗਵਰਨਰ ਨੇ ਯੋਗੀ ਨੂੰ ਕਿਉਂ ਨੀ ਚਿੱਠੀ ਲਿਖੀ, ਕਦੇ ਗੁਜਰਾਤ ਦੇ ਗਵਰਨਰ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਕਿਉਂ ਨੀ ਚਿੱਠੀ ਲਿਖੀ, ਇਹ ਸਿਰਫ ਚਿੱਠੀਆਂ ਭਗਵੰਤ ਮਾਨ ਨੂੰ, ਮਮਤਾ ਬੈਨਰਜੀ ਨੂੰ, ਜਾਂ ਫਿਰ ਸਟਾਲਿਨ ਨੂੰ, ਜਾਂ ਵਿਜੇਨ ਨੂੰ, ਇਹ ਇੱਕ ਪਾਸੜ ਕੰਮ ਹੈ। ਬਈ ਦੇਖੋ ਪੰਜਾਬ ਹਮੇਸ਼ਾ ਲੀਡ ਕਰਦਾ ਰਿਹਾ, ਚਾਹੇ ਆਜ਼ਾਦੀ ਦਾ ਲਹਿਰ ਹੋਵੇ, ਚਾਹੇ ਖੇਤੀ ਹਰਾ ਇਨਕਲਾਬ ਹੋਵੇ, ਪੰਜਾਬ ਲੀਡ ਕਰਦਾ ਰਿਹਾ। ਔਰ ਪੰਜਾਬ ਚ ਜਿਹੜੀ ਸੋਸ਼ਲ ਭਾਈਚਾਰਾ, ਜਿਹੜਾ ਸਾਡਾ ਭਾਈਚਾਰਾ ਹੈ, ਉਹ ਇੰਨਾ ਸਟਰੋਂਗ ਹੈ ਕਿ ਉਹ ਤੇ AK-47 ਵੀ ਚੱਲੀਆਂ, ਉਹ ਤੇ ਬੰਬ ਵੀ ਫਟੇ, ਪਰ ਅਸੀਂ
ਆਪਣਾ ਭਾਈਚਾਰਾ ਟੁੱਟਣ ਨਹੀਂ ਦਿੱਤਾ, ਇਹ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਅਸੀਂ ਆਪਣੀਆਂ ਸੰਗਰਾਂਦਾਂ, ਅਸੀਂ ਆਪਣੀਆਂ ਈਦਾਂ, ਅਸੀਂ ਆਪਣੀਆਂ ਰਾਮਨੌਮੀਆਂ, ਅਸੀਂ ਆਪਣੇ ਗੁਰਪੁਰਬ, ਅਸੀਂ ਆਪਣੀਆਂ ਹਨੂੰਮਾਨ ਜੈਂਤੀਆਂ ਇਕੱਠੇ ਮਨਾਉਂਦੇ ਹਾਂ। ਅਸੀਂ ਬਹੁਤ ਜ਼ਿਆਦਾ ਇਸ ਮਾਮਲੇ ਚ ਇੱਕ ਦੂਜੇ ਦੇ ਨਾਲ ਹੁੰਦੇ ਹਾਂ। ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਸੁਣ ਲਿਆ ਥੋੜਾ, ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਆਪਾਂ ਟੁੱਟਣ ਨਹੀਂ ਦੇਣਾ ਇਹ ਭਾਈਚਾਰਾ। ਮੈਂ ਹਮੇਸ਼ਾ ਕਹਿੰਦਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ, ਜਿਹੜਾ ਮਰਜ਼ੀ ਬੀਜ ਇੱਥੇ ਬੀਜ ਦੋ ਉੱਗ ਜਾਂਦਾ, ਪਰ ਨਫ਼ਰਤ ਦਾ ਬੀਜ ਨਹੀਂ ਇੱਥੇ ਉੱਗਦਾ। ਸਾਨੂੰ ਆਪਸ ਚ ਲੜਾਉਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਅਸੀਂ ਲੜ ਕੇ ਦੇਖ ਲਿਆ, ਤੁਸੀਂ ਆਜ਼ਾਦੀ ਲੈਣ ਵੇਲੇ 90% ਕੁਰਬਾਨੀਆਂ ਪੰਜਾਬੀਆਂ ਦੀਆਂ, ਸ਼ਹੀਦ ਆਜ਼ਮ ਭਗਤ ਸਿੰਘ ਤੋਂ ਲੈ ਕੇ ਲਾਲਾ ਲਾਜਪਤ ਰਾਏ, ਚੰਦਰ ਸ਼ੇਖਰ ਆਜ਼ਾਦ, ਮਦਨ ਲਾਲ ਟਿੰਗਰਾ, ਕਰਤਾਰ ਸਿੰਘ ਸਰਾਭਾ, ਕੁਰਬਾਨੀਆਂ ਸਾਡੇ ਬਜ਼ੁਰਗਾਂ ਨੇ, ਪੁਰਖਿਆਂ ਨੇ ਦਿੱਤੀਆਂ। ਦੇਸ਼ ਲੈ ਕੇ ਦਿੱਤਾ ਪ੍ਰਧਾਨ ਮੰਤਰੀ ਬਣ ਕੇ, ਤੇ ਤੁਸੀਂ ਭਗਤ ਸਿੰਘ ਹੋਰਾਂ ਦੀਆਂ ਝਾਕੀਆਂ 26 ਜਨਵਰੀ ਦੀ ਪਰੇਡ ਚੋਂ ਕੱਢਤੀਆਂ। ਕਹਿੰਦੇ ਭਗਤ ਸਿੰਘ ਰਿਜੈਕਟਡ, ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਕੌਣ ਨੇ ਇਹ? ਇਹਨਾਂ ਨੇ ਕੋਈ ਆਜ਼ਾਦੀ ਚ ਹਿੱਸਾ ਪਾਇਆ? ਜਦੋਂ ਆਜ਼ਾਦੀ ਦਾ ਬਟਵਾਰਾ ਹੋਇਆ 10 ਲੱਖ ਬੰਦਾ ਮਰਿਆ, ਕੌਣ ਮਰਿਆ? ਆਪਾਂ, ਆਪਣੇ ਨਾਨੇ ਨਾਨੀਆਂ, ਆਪਣੇ ਦਾਦੇ ਦਾਦੀਆਂ, ਉਹ ਉਹਨਾਂ ਨੇ ਸਾਨੂੰ ਤਾਂ ਆਜ਼ਾਦੀ ਬਹੁਤ ਮਹਿੰਗੀ ਪਈ ਹੈ, ਇਹਨਾਂ ਨੂੰ ਕੀ ਪਤਾ ਆਜ਼ਾਦੀ ਕੀ ਹੁੰਦੀ ਹੈ? ਅੱਜ ਵੀ ਬਾਰਡਰ ਤੇ ਸਾਡੇ ਮੁੰਡੇ ਖੜੇ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ, ਤੇ ਇਹ ਕਹਿੰਦੇ ਅਸੀਂ ਤੁਹਾਡੀਆਂ ਝਾਕੀਆਂ ਨਹੀਂ ਕੱਢਦੇ 26 ਨਵੰਬਰ ਨੂੰ। ਕੋਈ ਗੱਲ ਨੀ, ਲੋਕ ਤੁਹਾਡੀ ਝਾਕੀ ਕੱਢਣਗੇ ਇਸ ਵਾਰ। ਲੋਕ ਬਹੁਤ ਗੁੱਸੇ ਚ ਬੈਠੇ ਨੇ, ਮੈਨੂੰ ਪਤਾ, ਮੈਂ ਰੋਜ਼ ਪਬਲਿਕ ਚ ਹੀ ਰਹਿਣਾ, ਆਹ ਜੋਸ਼ ਜਿਹੜਾ ਇਹ ਮੈਂ 17 ਚ ਵੀ ਦੇਖਿਆ ਹੋਇਆ, ਇਹ ਮੈਂ 19 ਚ ਵੀ ਦੇਖਿਆ ਹੋਇਆ, ਇਹ ਮੈਂ 22 ਚ ਵੀ ਦੇਖਿਆ ਹੋਇਆ, ਤੇ ਆ ਮੈਂ 24 ਚ ਵੀ ਦੇਖ ਰਿਹਾ। ਤੁਸੀਂ ਰਿਜ਼ਲਟ 13-0 ਪਰਮਾਤਮਾ ਕਰੇ, ਆਪਾਂ ਮਿਹਨਤ ਕਰਨੀ ਹੈ, ਜਿੰਨਾ ਚਿਰ ਰੀਬਨ ਚ ਨੀ ਵੱਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨੀ ਦੇਖਣਾ। ਨੰਬਰ 2, ਮੇਰੀ ਬੇਨਤੀ ਹੈ ਸਾਰੇ ਘੁਮੱਕੜਾਂ ਨੂੰ, ਸਾਰੇ ਮੇਰੇ ਪਿਆਰ ਕਰਨ ਵਾਲਿਆਂ ਨੂੰ, ਕਿਸੇ ਨੂੰ ਸੋਸ਼ਲ ਮੀਡੀਆ ਤੇ ਵੀ ਜਾਂ ਵੈਸੇ ਵੀ ਮੰਦੀ ਭਾਸ਼ਾ ਦਾ ਪ੍ਰਯੋਗ ਨਹੀਂ ਕਰਨਾ। ਉਹ ਤਾਂ ਲੜਨ ਨੂੰ ਫਿਰਦੇ ਹੈ, ਉਹ ਤਾਂ ਕਹਿੰਦੇ ਲੜਾਈ ਹੋ ਜਾਏ ਇਹਨਾਂ ਨਾਲ। ਜਿਹੜਾ ਜਦੋਂ 2 ਪਹਿਲਵਾਨ ਘੁਲਦੇ ਹੈ, ਕੁਸ਼ਤੀ ਹੁੰਦੀ ਹੈ, ਤਾਂ ਜਿਹੜਾ ਮਾੜਾ ਹੁੰਦਾ ਉਹਦਾ ਹੋਰ ਤਾਂ ਕੋਈ ਬਸ ਨਹੀਂ ਚੱਲਦਾ, ਦੰਦੀਆਂ ਵੱਢਣ ਲੱਗ ਜਾਂਦਾ ਐਵੇਂ। ਇਹ ਤਾਂ ਦੰਦੀਆਂ ਤੇ ਆ ਗਏ ਹੁਣ, ਇਹ ਕਹਿੰਦੇ ਕੀ ਕਰੀਏ ਹੁਣ, ਇਹਨਾਂ ਤਾਂ ਮਹਾਰਾਜ ਉਮੀਦਵਾਰ ਨੀ ਲੱਭ ਰਹੇ। ਮੇਰਾ ਇੱਕ ਦੋਸਤ ਹੈ, ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਬਹੁਤ ਵੱਡਾ ਜਥੇਦਾਰ ਹੈ ਅਕਾਲੀ ਦਲ ਦਾ, ਕਹਿੰਦਾ ਟਿਕਟ ਵਾਸਤੇ ਦੇਖ ਲਾ ਵੀਰੇ, ਹਰ ਰੋਜ਼ ਸਵੇਰੇ ਜਾ ਕੇ ਗੁਰਦੁਆਰੇ ਅਰਦਾਸ ਕਰਦਾ। ਮੈਂ ਕਿਹਾ ਟਿਕਟ ਮਿਲ ਜੂ ਉਹਨੂੰ? ਕਹਿੰਦਾ ਟਿਕਟ ਲੈਣ ਵਾਸਤੇ ਥੋੜੀ ਅਰਦਾਸ ਕਰਦਾ, ਇਹ ਅਰਦਾਸ ਕਰਦਾ ਕਿਤੇ ਮੈਨੂੰ ਕੱਲ੍ਹ ਜਲਦੀ ਟਿਕਟ ਨਾ ਮਿਲ ਜੇ, ਮੈਂ ਕਿਹੜੇ ਮੂੰਹ ਨਾਲ ਜਾਊਂਗਾ ਲੋਕਾਂ ਚ। ਹਾਂ, ਕਾਂਗਰਸੀਆਂ ਦਾ ਇਹ ਹਾਲ ਹੈ ਕਿ ਉਹਨਾਂ ਨੇ, ਕਾਂਗਰਸ ਦੇ ਵੱਡੇ ਲੀਡਰ ਨੇ ਦਰਵਾਜ਼ੇ ਬੰਦ ਕਰ ਲਏ, ਥੱਲੇ ਜਿਹੜੀ ਜਗ੍ਹਾ ਥੋੜੀ ਜਿਹੀ ਬੇਲ ਜਿਹੀ ਹੁੰਦੀ ਹੈ ਉੱਥੇ ਵੀ ਕੱਪੜਾ ਲਾਤਾ, ਕਿਤੇ ਕਾਂਗਰਸ ਵਾਲੇ ਥੱਲੋਂ ਵੀ ਨਾ ਟਿਕਟ ਸੱਟੀਆਂ ਸਾਡੇ ਘਰੇ। ਉਹਨਾਂ ਦਾ ਵੀ ਇਹੀ ਹਾਲ ਹੈ, ਇਲੈਕਸ਼ਨ ਸਿਰ ਤੇ ਆਈ ਪਈ ਹੈ, ਸਾਡੇ ਕੈਂਡੀਡੇਟ ਤਾਂ ਸਾਰੇ 13 ਦੇ 13 ਦੋ ਗੇੜੇ ਲਾ ਵੀ ਚੁੱਕੇ ਨੇ, ਉਹਨਾਂ ਦੀ ਹਜੇ ਟਿਕਟਾਂ ਨਹੀਂ ਫਾਈਨਲ ਹੋਈਆਂ। ਕਾਰਨ, ਬੰਦਾ ਨਹੀਂ ਲੱਭ ਰਿਹਾ ਜੀ ਮੂਹਰੋਂ ਕੋਈ ਲੜਨ ਵਾਸਤੇ, ਆਹ ਹਾਲਤ ਹੋਈ ਪਈ ਹੈ। ਸੋ ਵੀਰੋ, ਸੱਚ ਬੋਲਣ ਵਾਲਾ ਬੰਦਾ ਮੈਂ, ਪੈਸੇ ਕਮਾਉਣ ਵਾਲੇ ਕੰਮ ਮੈਂ ਛੱਡ ਕੇ ਆਇਆ, ਬਾ ਇੱਕੋ ਹੀ ਕਮਾਉਣੀ ਹੈ, ਇੱਜ਼ਤ ਕਮਾਉਣੀ ਹੈ। ਮੈਂ ਕਿਸੇ ਰੇਤੇ ਦੀ ਖੜ ਚ ਹਿੱਸਾ ਨਹੀਂ ਪਾਉਣਾ, ਕਿਸੇ ਬੱਸਾਂ ਦੀ ਕੰਪਨੀ ਚ ਹਿੱਸਾ ਨਹੀਂ ਪਾਉਣਾ, ਕਿਸੇ ਢਾਬਿਆਂ ਚ ਹਿੱਸਾ ਨਹੀਂ ਪਾਉਣਾ, ਮੈਂ ਸਿਰਫ ਹਿੱਸਾ ਪਾਉਣਾ ਤਾਂ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ। ਮੈਂ ਚਾਹੁੰਦਾ ਬਹੁਤ ਫੇਮਸ ਕਲਾਕਾਰ ਸੀ, ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ, ਕਰੋੜਾਂ ਰੁਪਏ ਮੈਂ ਕਮਾ ਸਕਦਾ ਸੀ, ਮੈਨੂੰ ਕੋਈ ਲੋੜ ਸੀ ਇਹਨਾਂ ਨਾਲ ਮੱਥਾ ਲਾਉਣ ਦੀ? ਘਰ ਅਰਵਿੰਦ ਕੇਜਰੀਵਾਲ ਦੀ ਚਾਹੁੰਦੇ ਤਾਂ ਉਹ ਇਨਕਮ ਟੈਕਸ ਦੇ ਕਮਿਸ਼ਨਰ ਸੀ, ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੀ ਕਮਿਸ਼ਨਰ, ਦੋਨੋਂ ਜੀ ਜਿੰਨਾ ਮਰਜ਼ੀ ਕਮਾ ਲੈਂਦੇ,
ਕੀ ਲੋੜ ਸੀ ਵੀ ਆ ਜੇਲਾਂ ਜਾਣ ਦੀ, ਕੀ ਲੋੜ ਸੀ ਵੀ ਉਹ ਸ਼ੂਗਰ ਦਾ ਮਰੀਜ਼ ਹੈ ਤੇ ਉਹਨੂੰ ਇਨਸੁਲਿਨ ਵੀ ਨਹੀਂ ਦਿੰਦੇ, ਉਹਨੂੰ ਟੀਕਾ ਨਹੀਂ ਲਾਉਣ ਦਿੰਦੇ, ਇਹ ਕੀ ਲੋੜ ਸੀ ਅਰਵਿੰਦ ਕੇਜਰੀਵਾਲ ਨੂੰ? ਕਾਰਨ ਤੁਹਾਡਾ ਪਿਆਰ, ਜਦੋਂ ਤੁਹਾਡਾ ਪਿਆਰ ਮਿਲਦਾ ਸਾਡੀਆਂ ਥਕਾਵਟਾਂ ਲੈ ਜਾਂਦੀਆਂ ਨੇ, ਸਾਡੀ ਥਕਾਵਟ ਲੈ ਜਾਂਦੀ ਹੈ। ਮੈਨੂੰ ਕੋਈ ਪੱਤਰਕਾਰ ਕਹਿੰਦਾ ਆਪ ਇਤਨਾ ਕਰਤੇ ਹੋ ਕਾਮ ਦਿਨ ਰਾਤ, ਤੋ ਆਪ ਥੱਕਦੇ ਨਹੀਂ ਹੈ? ਮੈਂ ਕਿਹਾ ਥੱਕ ਤਾਂ ਜ਼ਰੂਰ ਜਾਣਾ, ਜਦੋਂ ਮੂਹਰੋਂ ਲੋਕਾਂ ਦਾ ਪਿਆਰ ਤੇ ਐ ਪਿਆਰ ਭਰੀਆਂ ਜਦੋਂ ਸਾਨੂੰ ਹਵਾਵਾਂ ਆਉਂਦੀਆਂ ਨੇ ਮੁਹੱਬਤ ਵਾਲੀਆਂ, ਤਾਂ ਫਿਰ ਸਾਰਾ ਥੱਕੇ ਮਨ ਲੈ ਜਾਂਦਾ ਜੀ, ਫਿਰ ਸਾਰਾ ਥੱਕੇ। ਹਕੂਮਤ ਵੋ ਕਰਤੇ ਹੈ, ਹਕੂਮਤ ਵੋ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ, ਯੂ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ। ਸਾਓ ਆਪਾਂ ਇਕੱਠੇ ਹੋ ਕੇ 20 ਸਕਿੰਟ ਹੋਰ ਚਾਹੀਦੇ, 20 ਸਕਿੰਟ ਹੋਰ ਚਾਹੀਦੇ, ਲਓ ਚਲੋ। ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ, ਇਨਕਲਾਬ। ਥੋੜਾ ਜਿਹੀ ਉੱਚੀ ਆਵਾਜ਼ ਕਰੋ, ਜਿਹੜੇ ਪਹਿਲਾਂ ਪਾਰਟੀ ਨਾਲ ਤੇ ਤੁਹਾਡੇ ਮੁਹੱਬਤ ਨਾਲ ਗਦਾਰੀ ਕਰ ਗਏ ਉਹਨਾਂ ਦੇ ਘਰਾਂ ਦੇ ਸ਼ੀਸ਼ੇ ਤਾਂ ਹਿੱਲਣ ਥੋੜੇ ਜੇ, ਵੀ ਆਹ ਕੀ ਹੋਈ ਜਾਂਦਾ ਹੈ। ਉਹਨਾਂ ਨੂੰ ਪਤਾ ਤਾਂ ਲੱਗੇ ਵੀ ਗਲਤੀ ਕਰ ਬੈਠੇ ਵੱਡੀ, ਅਸੀਂ ਲੋਕਾਂ ਦਾ ਪਿਆਰ ਝੁਠਲਾ ਬੈਠੇ, ਚੁਣੇ ਹੋਏ ਸੀ ਜ਼ਿੰਦਗੀ ਚ ਦੁਬਾਰੇ ਹੁਣ ਉਸ ਬਿਲਡਿੰਗ ਚ ਨਹੀਂ ਜਾਂਦੇ। ਮੈਂ ਸ਼ਰਤ ਲਾ ਕੇ ਕਹਿਣਾ, ਮੇਰੇ ਆਹ ਲਾਈਟ ਮੱਥੇ ਲੱਗਦੀ ਹੈ, ਮੇਰੇ ਬੱਤੀ ਦੰਦ ਨੇ, ਏਦਾਂ ਨਹੀਂ ਧੋਖਾ ਕਰੀਦਾ ਹੁੰਦਾ। ਸੰਗਠਨ ਵੱਡਾ ਹੁੰਦਾ, ਵਿਅਕਤੀ ਵੱਡਾ ਨਹੀਂ ਹੁੰਦਾ, ਸਾਰੇ ਇਕੱਠੇ ਮਿਲ ਕੇ ਸਾਡਾ ਪਰਿਵਾਰ ਹੈ। ਕਿਸੇ ਇੱਕ ਬੰਦੇ ਨੇ ਵੀ ਵਿਰੋਧ ਨਹੀਂ ਕੀਤਾ। ਟੀਨੂ ਸਾਹਿਬ ਨੇ ਮੈਨੂੰ ਦੱਸਿਆ, ਕਹਿੰਦੇ ਯਾਰ ਤੁਹਾਡੀ ਪਾਰਟੀ ਦਾ ਡਿਸਿਪਲਿਨ ਮੰਨ ਗਏ ਵੀ ਮੇਰੇ ਨਾਲ ਤਾਂ ਉਦੀ ਚੱਲ ਪਏ ਜਿੱਥੇ ਮੇਰੀ ਟ੍ਰੀਟਮੈਂਟ ਉਸ ਕਰਤੀ। ਇੱਕ ਬੰਦੇ ਨੇ ਵਿਰੋਧ ਨਹੀਂ ਕੀਤਾ। ਮੈਂ ਕਿਹਾ ਜੀ ਅਸੀਂ ਤਾਂ ਇੱਕ ਪਰਿਵਾਰ ਹਾਂ, ਸਾਡੇ ਤਾਂ ਪਰਿਵਾਰ ਵਾਲੇ ਸੰਬੰਧ ਨੇ ਮੇਰੇ ਆਪਣੇ ਵਰਕਰਾਂ ਨਾਲ, ਵਲੰਟੀਅਰਾਂ ਨਾਲ, ਅਸੀਂ ਤਾਂ ਫੈਮਿਲੀ ਹਾਂ। ਹਾਂ, ਸੋ ਇਸ ਕਰਕੇ ਨਾਰਾ ਇੰਨੀ ਜ਼ੋਰ ਦੀ ਲੱਗੇ ਕਿ ਉਹਨਾਂ ਘਰਾਂ ਤੱਕ ਆਵਾਜ਼ ਪਹੁੰਚੇ, ਦੋਨੇ ਹੱਥ ਉੱਪਰ ਚੱਕ ਕੇ ਇਨਕਲਾਬ, ਇਨਕਲਾਬ, ਭਾਰਤ ਮਾਤਾ ਕੀ, ਭਾਰਤ ਮਾਤਾ ਕੀ, ਬੋਲੇ ਸੋਨਿਆ। ਪਵਨ ਕੁਮਾਰ ਟੀਨੂ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਇੱਕ ਮਿੰਟ ਲਈ। ਪਵਨ ਟੀਨੂ ਜੀ, ਮੈਂ ਅੱਜ ਇਸ ਵਿਸ਼ਾਲ ਰੋਡ ਸ਼ੋ ਚ ਪਹੁੰਚੇ ਕਰੋੜਾਂ ਦਿਲਾਂ ਦੀ ਧੜਕਣ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਲੰਧਰ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ। ਜਿਹੜਾ ਜੋਸ਼ ਤੁਸੀਂ ਦਿਖਾਇਆ ਇਹ ਗੱਲ ਸਾਬਿਤ ਕਰਦਾ ਕਿ ਜਲੰਧਰ ਦੀ ਸੀਟ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਿੱਤਣਗੇ ਔਰ ਭਗਵੰਤ ਮਾਨ ਜੀ ਔਰ ਮਾਣਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਵਿੱਚ ਪਾਉਣਗੇ ਔਰ ਆਪਾਂ ਪੰਜਾਬ ਦੀਆਂ ਹੱਕੀ ਮੰਗਾਂ ਜਲੰਧਰ ਦੇ ਸਾਰੇ ਕੰਮ ਕਰਾਉਣ ਲਈ ਦਿੱਲੀ ਦੀ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਕਰਾਂਗੇ। ਇਹ ਪੰਜਾਬ ਤੁਹਾਡਾ, ਇਹ ਦੇਸ਼ ਤੁਹਾਡਾ, ਆਪਾਂ ਨੂੰ ਹੁਣ ਇਕੱਠੇ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਹੋਰ ਮਜ਼ਬੂਤ ਕਰਨਾ, ਹੋਰ ਵੱਡੀ ਗਿਣਤੀ ਵਿੱਚ ਆਪਾਂ ਜਲੰਧਰ ਤੋਂ ਇਹ ਸੀਟ ਜਿੱਤਣੀ। ਔਰ ਮੈਂ ਤੁਹਾਨੂੰ ਭਰੋਸਾ ਦਿੰਦਾ ਕਿ ਸਾਰੇ ਕੰਮ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰਾਊਂਗਾ ਤੇ ਤੁਹਾਨੂੰ ਕਦੀ ਵੀ ਨਾਰਾਜ਼ ਹੋਣ ਦਾ, ਪਛਤਾਵਾ ਹੋਣ ਦਾ ਮੌਕਾ ਨਹੀਂ ਦਊਂਗਾ। ਆਪਣੀ ਸਾਰੀ ਜ਼ਿੰਦਗੀ ਤੁਹਾਡੀ ਸੇਵਾ ਵਿੱਚ ਲਗਾ ਦੂੰਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ, ਕੇਜਰੀਵਾਲ ਜੀ ਜਿੰਦਾਬਾਦ, ਭਗਵੰਤ ਮਾਨ ਜੀ ਤੁਹਾਡੀ ਸੋਚ ਤੇ,
ਆਮ ਆਦਮੀ ਪਾਰਟੀ ਜਿੰਦਾਬਾਦ, ਬੋਲੇ ਸੋਨਿਹਾਲ, ਭਾਰਤ ਮਾਤਾ ਕੀ। ਧੰਨਵਾਦ, ਬਹੁਤ ਬਹੁਤ ਧੰਨਵਾਦ।